ਰੱਬੀਆ ਘਰ ਲਾਇਆ, ਲਾਲ ਜੀ ਰੱਬੀਆ ਘਰ ਲਾਇਆ, ਪੀਆ ਘਰ ਆਇਆ ਸਾਨੂੰ ਅੱਲਾ ਮਿਲਾਇਆ, ਪੀਆ ਘਰ ਆਇਆ ਸਾਨੂੰ ਅੱਲਾ ਮਿਲਾਇਆ, ਰੱਬੀਆ ਘਰ ਆਇਆ, ਲਾਲ ਜੀ ਰੱਬੀਆ ਘਰ ਆਇਆ, ਲਾਲ ਮੇਰਾ ਪਿਆ ਘਰ ਆਇਆ, ਲਾਲ ਮੇਰਾ ਪਿਆ ਘਰ ਆਇਆ, ਬਿਸਮਿਲਾ 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 ਬਿਸਮਿਲਾ, ਨਹੀਂ ਇਸ ਤਰ੍ਹਾਂ ਅੱਛਾ ਨੀ ਲੱਗਦਾ ਭਾਜੀ, ਤੁਹਾਡੀਆਂ ਮੁਹਬਤਾਂ ਨੇ, ਤੁਸੀਂ ਲੋਕ ਸੁਣਨ ਵਾਲੇ ਹੋ, ਮੇਰੀ ਗੱਲ ਤੇ ਸਾਰੀ ਹੈ ਕਿ ਲੋਕ ਸੁਣਨ ਵਾਲੇ ਨੇ। ਨਾਮ ਮੇਰਾ ਬਿੱਟੂ ਸ਼ਾਹ ਹੈ, ਅਸੀਂ ਰਾਣੇ ਹੁੰਦੇ ਹਾਂ, ਰਾਣੇ ਦਾ ਬਸ ਭਾਈ, ਜਿੱਦਤ ਤਾਂ ਦੂਰ ਆ ਗਿਆ, ਜਿੱਦਤ ਤਾਂ ਦੂਰ, ਕਮਲ ਤਵੱਜੋ ਕਰੋ, ਗੱਲਾਂ ਹੀ ਕਰੀ ਜਾਂਦੇ ਹੋ। ਕਿਸ ਦਿਨ ਨਹੀਂ ਕਰੀ ਦਾ ਭਾਜੀ, ਮਤਲਬ ਕਿਸ ਦਿਨ ਵੀ ਛੁੱਟੀ ਨਹੀਂ, ਕੋਈ ਛੁੱਟੀ ਨਹੀਂ, ਛੁੱਟੀ ਨਹੀਂ ਭਾਜੀ, ਸਾਨੂੰ ਛੁੱਟੀ ਨਹੀਂ, ਸਾਨੂੰ ਵੀ ਨਹੀਂ ਜੀ, ਕੰਮ ਇੰਨਾ ਬਿਜ਼ੀ ਨਹੀਂ, ਇੱਥੇ ਹੀ ਕੰਮ ਹੁੰਦਾ ਕਿ ਲੋੜ ਕਿੰਦੇ ਗੁੱਲੇ ਤੱਕ ਦੇ, ਖਾਨ ਸਾਹਿਬ ਨੂੰ ਲੋੜ ਨਹੀਂ ਦੇ ਪੈਸੇ ਕਮਾ ਲਈ, ਹਾਂਜੀ ਕਰਮ ਨੂੰ ਆ ਜੀ, ਚਲੋ ਐਤ ਮੈਂ ਤਾਂ ਫਿਰ ਚੈੱਕ ਦੇ ਦਾਂਗਾ ਕਿ ਥਕਣ ਨਾ ਹੋਵੇ, ਹੈ ਨਹੀਂ ਉੱਤੇ ਵਾਲੇ ਜਿਹੜੀ ਨਜ਼ਰ ਨਿਆਜ਼ ਹੁੰਦੀ ਨਾ ਉਹਦੀ ਗੱਲ ਕਰ ਦੇ ਦਾਂਗਾ ਤਾਂ ਕਿ ਤੁਹਾਨੂੰ ਕਿ ਥਕਣ ਥਕਾਵਟ ਨਾ ਹੋਵੇ ਨਾ ਤੁਹਾਡਾ ਅਮਲਾ, ਨਹੀਂ ਉਸਤਾਦ ਜੀ ਪਿਛਲੀ ਵਾਰ ਵੀ ਇੱਕ ਬੰਦਾ ਚੈੱਕ ਦੇ ਗਿਆ ਸੀ, ਉਹ ਸਾਰਿਆਂ ਨੂੰ ਚੈੱਕ ਕਰਾਇਆ ਸੀ ਫਿਰ, ਨਹੀਂ ਉਹ ਚੈੱਕ ਵਾਲੀ ਗੱਲ ਨਾ ਕਰੋ ਭਾਜੀ, ਸਾਡੇ ਨਾਲ ਇੱਕ ਵਾਰੀ ਚੈੱਕ ਵਾਲਾ ਕੰਮ ਪੈ ਗਿਆ ਤੇ ਤੁਹਾਡੀ ਮਿਹਰਬਾਨੀ, ਨਗਦ ਨਜ਼ਰ ਨਿਆਜ਼ ਜੋ ਵੀ ਤੁਹਾਨੂੰ ਤੇ ਚੁਕਨਾ ਇਹਦਾ, ਤੁਹਾਡੇ ਕੋਲ ਮੇਰੇ ਘਰ ਕੋਈ ਸੋ ਲੈ ਗਏ, ਨਹੀਂ ਨਹੀਂ ਪਾਇਨਾ, ਇਹ ਗੱਲ ਹੀ ਮਕਸਦ ਦੇ ਨਾਲ ਇਹਦੀ 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 ਖਾਸ ਨੀਅਤ ਸੋਲ ਪੈਰੀ ਨੀਅਤ ਵਾਲਾ, ਚੁੱਪ ਕਰ, ਕੋਈ ਬਿਸਮਿਲਾ ਕਰੀ ਦੀ, ਕੋਈ ਗਾਹ ਕਰ ਦੀ, ਕੋਈ ਅੱਗੋਂ ਆਪਣਾ ਹੀ ਭੋੜਾਪਣ ਕਰੀ ਜਾਂਦਾ, ਕਿੱਡਾ ਵੱਡਾ ਮੱਥਾ ਲਈ ਫਿਰਨਾ, ਸ਼ਰਮ ਜਾ ਤੈਨੂੰ ਜ਼ਰਾ ਨਹੀਂ, ਗੱਲ ਕਰੋ ਗੱਲ ਕਰੋ, ਕੰਮ ਆਇਆ ਬਿਸਮਿਲਾ ਭਾਜੀ, ਤੁਸੀਂ ਦੱਸੋ ਫੰਕਸ਼ਨ ਹੈਗਾ ਜੀ, ਫੈਮਿਲੀ ਫੰਕਸ਼ਨ ਹੈਗਾ, ਹਾਂਜੀ ਪ੍ਰਾਈਵੇਟ ਫੈਮਿਲੀ, ਮਤਲਬ ਆਪਣੇ ਆਪਣੇ ਅਜ਼ੀਜ਼ ਔਰਤਾਂ ਨੇ, ਬੱਚੇ ਨੇ, ਬਿਲਕੁਲ ਬਿਲਕੁਲ ਵੱਡੇ ਨੇ, ਉਹਨਾਂ ਵਾਸਤੇ ਅਸੀਂ ਚਾਹ ਰਹੇ ਸੀ ਕਿ ਕੋਈ ਰੂਹਦਾਰੀ ਕਰ ਲਈਏ, ਵਾਹ, ਤੇ ਕਿਸੇ ਨੇ ਕਿਹਾ ਸੀ ਕਿ ਖਾਨ ਸਾਹਿਬ ਬਹੁਤ ਅੱਛਾ, ਬਸੇ ਮਿਹਰਬਾਨੀ, ਤਾਰਫ ਜਿਹੜਾ ਤੁਸੀਂ ਕਰਾਇਆ ਉਹ ਮੁਨਾਸਬ ਹੈਗਾ, ਲੇਕਿਨ ਮੈਂ ਚਾਹ ਰਿਹਾ ਇਹ, ਮੈਂ ਮਾਫੀ ਚਾਹੁੰਦਾ ਜੀ ਜੀ, ਉਸਤਾਦ ਦਾ ਟੈਸਟ ਨਹੀਂ ਲੈਦਾ, ਲੇਕਿਨ ਮੇਰੀ ਮਜਬੂਰੀ ਹੈਗੀ, ਉਹਨਾਂ ਨੇ ਕਿਹਾ ਸੀ ਕਿ ਜੀ ਜਿਸਕੇ ਸੁਰ ਨਹੀਂ ਕਰੀ ਉਸਕਾ ਅੱਛਾ ਨਹੀਂ ਨਸੀਬ, ਵਾਹ 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 ਸਾਜੀ ਵਾਹ ਵਾਹ।
ਮੈਂ ਬਾਅਦ ਚ ਗੱਲ ਕਰਨਾ ਯਾਰ, ਪਾਰਟੀ ਬੜੀ ਮੁਸ਼ਕਿਲ ਭਾਈ ਹੈ ਯਾਰ, ਦੋ ਮਿੰਟ ਦੋ ਮਿੰਟ ਸਿਰਫ ਦੋ ਮਿੰਟ ਮੈਂ ਕਰਨਾ ਹਾਂਜੀ, ਨਹੀਂ ਨਹੀਂ ਲਓ ਸਰ ਜੀ, ਹੋ ਗਈ ਸਰ ਜੀ, ਹੋ ਗਈ ਵਿਗੜ ਗਈ ਜੇ ਥੋੜੇ ਦਿਨਾਂ ਤੋਂ, ਥੋੜੇ ਦਿਨਾਂ ਪੀਣੀ ਪਏ ਥੋੜੇ ਦਿਨਾਂ ਤੋਂ, ਵਿਗੜ ਗਈ ਥੋੜੇ ਦਿਨਾਂ ਤੋਂ, ਇਹ ਤੇ ਜਗ੍ਹਾ ਕੁਛ ਨਹੀਂ ਲਈ, ਚਾਰ ਮਰਲੇ ਉਸਤਾਦ ਨੇ ਕਾਹਨੇ ਲਈ ਹੈ, ਪਿਛਲੇ ਫੰਕਸ਼ਨ ਚ ਮਾਸ਼ਾਅੱਲਾ ਬੱਚੇ ਵਾਲੀ ਥਾਂ ਬਣਾ ਲਈ ਛੋਟੀ ਜਿਹੀ, ਅਸੀਂ ਰੋਟੀ ਨਹੀਂ ਖਾਧੀ ਪਿਛਲੇ ਹਫਤੇ ਤੋਂ, ਕੰਮ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਪੇਮੈਂਟਾਂ ਰੋਕ ਕੇ ਜ਼ਰਾ ਥਾਂ ਲੈ ਲਈਏ ਅਗਲੇ ਫੰਕਸ਼ਨ ਚ, ਆ ਦੇਖੋ ਤੁਹਾਡੇ ਫੰਕਸ਼ਨ ਚ ਇਹਨਾਂ ਸਾਰਿਆਂ ਨੂੰ ਕਲੀਅਰ ਕਰ ਦੇਣਾ, ਸੋਹਣੀਆਂ ਪਾਵੇਗਾ, ਬਿਲਕੁਲ ਬਿਲਕੁਲ। ਮੈਂ ਪੁੱਛਣਾ ਚਾਹ ਰਿਹਾ ਸੀ ਕਿ ਫੰਕਸ਼ਨ ਦੇ ਤੁਸੀਂ ਕੀ ਲੈਂਦੇ ਹੋ ਜੀ? ਥਾਣੇ ਤੋਂ ਉਤੋਂ ਨੀ ਆ ਜਾਂਗੇ, ਕੋਈ ਗੱਲ ਨਹੀਂ, ਤੁਹਾਨੂੰ ਪਤਾ ਇਸ ਟਾਈਮ ਰਾਹਤ ਕਿੰਨੇ ਪੈਸੇ ਲੈ ਰਿਹਾ, ਮੇਰਾ ਤੇ ਬੜਾ ਵਾਕਫ ਹੈਗਾ, ਚਲੋ ਬੱਚੇ ਵੀ ਕਹਿਣ ਡੇ ਨੇ 3 ਰੁਪਇਆ 3 ਲੱਖ, ਠੀਕ ਹੈ ਕਰ ਲੋ ਕੋ ਗੱਲ, ਪਤਾ ਕੀ ਹੈ ਲੰਗਰ ਏ ਖਰਚੇ ਨੇ ਭਰੇ, ਚਲੋ ਠੀਕ ਹੈ। ਜੇ ਤੁਸੀਂ ਨਾ ਆਏ, ਨਹੀਂ ਅੱਲਾ ਰਹਿਮ ਕਰੇ ਅਸੀਂ ਕਿਉਂ ਨਹੀਂ ਆਣਾ ਭਾਜੀ, ਤੁਸੀਂ ਕੈਨਸਲ ਕਰ ਦਿਓ, ਨਹੀਂ ਅਸੀਂ ਕਿਉਂ ਕੈਨਸਲ ਕਰੀਏ, ਨਹੀਂ ਨਹੀਂ ਕੈਨਸਲ ਨਹੀਂ ਕਰਾ ਰਹੇ ਭਾਜੀ, ਐਸੀ ਗੱਲ ਇਸ ਸੂਰਤ ਤੇ ਵੀ ਨਹੀਂ ਕਰਨਾ, ਇਹਨੇ ਚਿਰਾਂ ਬਾਅਦ ਤੇ ਰੱਬ ਨੇ ਕੋ ਕੰਮ ਨਾਲ ਬਾਅਦ ਰੌਣਕ ਲੱਗ ਲੱਗੀ ਹੈ ਜੀ, ਹਾਂਜੀ ਕੋਈ ਅਭੀ ਨਬੀ ਹੋ ਜਾਂਦੀ, ਉਹ ਨਹੀਂ 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 ਕੋਈ ਨਹੀਂ, ਮੇਰੀ ਟੀਮ ਉੱਥੇ ਪਹੁੰਚੂ,
ਸਾਡੇ ਪੈਸਿਆਂ ਦੀ ਗੱਲ ਮਾਰਨ ਤੁਰੇ ਅਸੀਂ ਮਰ ਜਾਂਦੇ ਚੁੱਪ ਕਰ ਤੂੰ ਰੱਬ ਦੀ ਤੇ ਮਰਜ਼ੀ ਅੱਗੇ ਕੁਛ ਵੀ ਨਹੀਂ ਚੱਲਦਾ ਠੀਕ ਹੈ ਭਾ ਤੁਹਾਡੀ ਕੀ ਮਨਸ਼ਾ ਮੈਂ ਤੇ ਦੇਖ ਕੇ ਦੱਸ ਰਿਹਾ ਨਾ ਕਿ ਜੀ ਮੇਰੇ ਪੈਸੇ ਡੁੱਬ ਗਏ ਕਾਹਦੇ ਤੋਂ ਡੁੱਬਣ ਗਏ ਜੀ ਕੋਈ ਮਸਲਾ ਹੋ ਗਿਆ ਸਾਡੇ ਨਾਲ ਹਾਂਜੀ ਪੇਮੈਂਟ ਵਾਪਸ ਨਹੀਂ ਹੋਵੇਗੀ ਤੁਸੀਂ ਕਹਿ ਜੀ ਵਾਪਸ ਜੀ ਨਹੀਂ ਹੋਵੇ ਪੇਮੈਂਟ ਲੈ ਕੇ ਸਤਾਹ ਧੁਰਾ ਕਿਹੜਾ ਰਾਵੀ ਤੇ ਜਾਣਾ ਨਹੀਂ ਡੁੱਬਦੇ ਕੋਈ ਮਸਲਾ ਵੀ ਨਬੀ ਹੋ ਗਿਆ ਇਹਦੀ ਲੱਤ ਟੁੱਟ ਜਾਂਦੀ ਹੈ ਉਹ ਇਹ ਤੇ ਚੰਗੀ ਹੋ ਜਾਵੇ ਇਹ ਤੇ ਸੱਚੀ ਮੁੱਚੀ ਟੁੱਟ ਜਾਵੇ ਹਾਏ ਨਾ ਨਾ ਸਾਜੀ ਕੋਈ ਚੱਕਰ ਨਹੀਂ ਘੋੜਾ ਬੱਚਾ ਨਾਲ ਬਾ ਕੇ ਅਸਮਾਨ ਕੋਲ ਚੁੱਕੇਗਾ ਸਾਜੀ ਜੇ ਇਹਦੀ ਲੱਤ ਟੁੱਟ ਗਈ ਤੇ ਉਹ ਤੈਨੂੰ ਚੁਕਾ ਦਾਂਗੇ ਕੀ ਹੋ ਗਿਆ ਉਹ ਇੱਕ ਚੀਜ਼ ਹੀ ਚੁੱਕਾਂਗਾ ਬਾਕੀ ਤੇ ਇਹ ਚੁੱਕਦਾ ਦੱਸੋਗੇ ਜੀ ਪੇਮੈਂਟ ਵਾਪਸੀ ਦਾ ਕੀ ਤਰੀਕਾ ਹੈਗਾ ਵੇ ਜੇ ਨਹੀਂ ਹੈਗਾ ਤੇ ਮੈਂ ਫੇਰ ਜਾਂ ਭਾਜੀ ਨਹੀਂ 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 ਗੱਲ ਸੁਣੋ ਅਸੀਂ ਨਹੀਂ ਪਹੁੰਚਾਂਗੇ ਅਸੀਂ ਤੁਹਾਨੂੰ ਪੇਮੈਂਟ ਤੁਹਾਡੀ ਵਾਪਸ ਕਰ ਦਾਂ ਜਿਹੜੀ ਪੇਮੈਂਟ ਤੁਸੀਂ ਫੜੋਗੇ ਸਿਰਫ ਉਹੀ ਵਾਪਸ ਤੇ ਸਾਰੀ ਗੱਲ ਹੈ ਜੀ ਸਰ ਤੇ ਜਨਾਬ ਜਿਹੜਾ ਰਾਹਤ ਫਤਿਹਲੀ ਨਾਲ ਮੈਂ ਪਿਛਲੀ ਦਫਾ ਕਨਸਰਟ ਕੀਤਾ ਸੀ ਉਹਨੂੰ ਲੰਡਨ ਲੈ ਕੇ ਗਿਆ ਸਾਂ ਠੀਕ ਹੈ ਅੱਛਾ ਉਹਨੇ ਜਦੋਂ ਪੇਮੈਂਟ ਡਨ ਕੀਤੀ ਸੀ ਤੇ ਅਸੀਂ ਉਹਨੂੰ ਤੈਅ ਕੀਤਾ ਸੀ ਉਹਨੇ ਕਿਹਾ ਜੀ ਡਬਲ ਪੇਮੈਂਟ ਕਰਾਂਗਾ ਆ ਤੇ ਅਸੀਂ ਅਸੀਂ ਕਾ ਬੋਲ ਨਹੀਂ ਸਟਾਫ ਤੋਂ ਤੇ ਮੇਰਾ ਵਾਜਾ ਹੀ ਹੈ ਕਿ ਤੁਹਾਨੂੰ ਓਏ ਅਸੀਂ ਕਿਹੜਾ ਰਹਿਣਾ ਫਿਰ ਸਟਾਫ ਤੋਂ ਵਾਲੀ ਕਰ ਲਿਆ ਜੀ ਭਾਜੀ ਤੁਸੀਂ ਆਏ ਹੋ ਅੱਛੀਆਂ ਗੱਲਾਂ ਸਾਜੀ ਸੋਚ ਸਮਝ ਕੇ ਕਰਨਾ ਪਿਛਲੇ ਮਹੀਨੇ ਦਾ ਕਿਰਾਇਆ ਦੇਣਾ ਹਲੇ ਬੈਠੇ ਦਾ ਸੋਭੀ ਕਰੀ ਜਾਣਾ ਬਾਜੀ ਮੈਨੂੰ ਥੋੜੇ ਦਿਨਾਂ ਤੋਂ ਭੁੱਖ ਲੱਗੀ ਪੂਰੇ ਹਫਤੇ ਤੋਂ ਬਹੁਤੇ ਦਿਨਾਂ ਤੋਂ ਬਹੁਤੇ ਦਿਨਾਂ ਤੋਂ ਲੱਗੀ ਰਾਹਤ ਫਤਿਹਲੀ ਨੇ ਡਬਲ ਭਾਜੀ ਉਹਨੇ ਡਬਲ ਦਿੱਤੇ ਅਸੀਂ ਵੀ ਡਬਲ ਦਵਾਂ ਕੋਈ ਨੀ ਆਪਣੇ ਕੰਮ ਕੋਈ ਨੀ ਮੈਂ ਆਪ ਵੇਖਿਆ ਸੁਭਾਅ ਨੇ ਬਿਸਮਿਲ੍ਲਾ ਡਨ ਹੋ ਗਿਆ ਠੀਕ ਹੈ ਸਹੀ ਆਇਆ ਟੁਰ ਕੇ ਕੀ ਹੋਇਆ ਤਾਂ ਤੈਨੂੰ ਕਾਹ ਤੋਂ ਲੱਗਦਾ ਕਿ ਬੱਸ ਵੱਜੀ ਉਹਦੇ ਚ ਅੱਲਾ ਮਾਫੀ ਦੇ ਸਹੀ ਸਲਾਮ ਦੇ ਹਾਂ ਉੱਤੇ ਦਵਾਈਆਂ ਵਾਲੀ ਪਰਚੀ ਵੇਖ ਲਈ ਵੱਜ ਪੌੜਿਆ ਮੱਥਿਓਂ ਦੁਖਣ ਦੇ ਇਹ ਸਾਨੂੰ ਹਰ ਪਾਸੇ ਦੁਖਦਾ ਭਾ ਤੁਹਾਨੂੰ ਤੇ ਮੱਥਿਓਂ ਦੁਖਦਾ ਉਹ ਬੱਚੇ ਨੂੰ ਚੁੱਪ ਕਰ ਜਾ ਐਡੇ ਬੁੱਲ ਲਈ ਫਿਰਨਾ ਜੀ ਨੰਬਰ ਸਹੀ ਹੋ ਗਈਆਂ ਤੇ ਹੁਣ ਕੀ ਲਿਖਾਣਾ ਤੁਸੀਂ ਸਾਡੇ
ਕਿੰਨੇ ਦਿਨਾਂ ਦੀ ਇਹ ਵੀ ਦੱਸ ਦਿਓ ਰੋਟੀ ਸਾਡੇ ਬਿਹਤਰੀਨ ਜੋ ਅਸੀਂ ਖਾਵਾਂਗੇ ਉਸ ਤੋਂ ਜ਼ਿਆਦਾ ਅੱਛਾ ਤੁਹਾਨੂੰ ਗੁਫ਼ਤਗੂ ਕਰਦੇ ਗਾਂਦੇ ਪਏ ਸੀ ਨਾ ਦੁਬਾਰਾ ਗਾਇਆ ਜੀ ਸਈਆਂ ਸੋਹਰੇ ਨੀ ਨਿਕਲ ਸਕਦੇ ਸਮ ਕਿਵੇਂ ਮਕਾਨ ਗਏ ਮਾਰੀ ਗੱਲ ਕਰਨ ਦੇ ਅੱਲਾ ਨੂੰ ਸਭ ਤੋਂ ਅੱਗੇ ਬੈਠਦਾ ਓਹਦੇ ਗਾਰਡ ਬੜੇ ਤਰੀਕੇ ਨੇ ਤੇ ਕੀ ਕਰਨਗੇ ਗਾਰਡ ਓਹਦਾ ਇੱਜ਼ਤ ਨੂੰ ਪਾਲਿਆ ਵੀ ਮੇਰਾ ਹੱਥ ਨੀ ਚੁੱਕਿਆ ਜਾਣਾ ਖਾਨਦਾਨ ਦਾ ਲੈ ਕੇ ਜਿਹੜੇ ਜਿਹਦਾ ਹੱਥ ਉੱਠਿਆ ਸਾਡੇ ਸਾਹਮਣੇ ਉਹ ਇੱਜ਼ਤ ਨੂੰ ਪੈ ਗਿਆ ਉਹ ਭਾ ਕਿਸੇ ਕੁੰਡੇ ਇਕਬਾਲ ਨੂੰ ਬੁਲਾਣਾ ਆਪਣੇ ਘਰ ਵੀ ਜੇ ਤੇ ਦੋਵੇਂ ਹੱਥ ਟੁੱਟੇ ਹੋਣ ਤੇ ਉਹ ਇਹੀ ਇਕਬਾਲੀ ਕਰੇ ਤੇ ਤੂੰ ਰਾਜ਼ੀ ਰਵੇ ਕਿਹੜਾ ਟੁੰਡਾ ਗਾਉਂਦਾ ਜੀ ਕੋਈ ਟੁੰਡਾ ਦੱਸ ਦਿਓ ਉਹ ਤੈਨੂੰ ਬਿਲਕੁਲ ਨਹੀਂ ਉਸਤਾਦ ਜੀ ਕੰਮ ਹੀ ਨਹੀਂ ਹੈਗਾ ਇਸ ਤੋਂ ਬਗੈਰ ਨਹੀਂ ਹੋਣਾ ਪਹਿਲੇ ਉਸਤਾਦ ਨੂੰ ਸੋਦੀ ਹੈ ਘਲੀ ਇਹਨਾਂ ਦੀ ਬਾਹਾਂ ਉੱਤੇ ਚੋਰੀ ਕਰਨ ਤੇ ਖਾ ਮੈਨੂੰ ਟੁੰਡਾ ਕਰਾ ਤੇ ਫੇਰ ਤੇਰਾ ਫੰਕਸ਼ਨ ਕਰੀਏ ਸੀ ਇਹ ਕੰਮ ਕਰਕੇ ਤੁਸੀਂ ਪਰੇ ਸੁਣਾ ਕਰ ਇਹ ਤੈ ਘੱਟ ਪਾਇਆ ਬਾਅਦ ਚ ਤੈ ਪਾਇਆ ਗਿਆ ਪਹਿਲੇ ਨੀ ਤੈ ਪਾਇਆ ਗਿਆ ਸਿਰ ਚ ਆਵਾਂਗਾ ਮੈਂ ਸਾਡੀ ਇੱਜ਼ਤ ਦੇ ਹੱਥ ਹੁੰਦਾ ਹੈ ਜਿੰਨੇ ਸਾਡੇ ਕਰਕੇ ਹੱਥ ਕੀਤਾ ਅਸੀਂ ਇਹ ਸਮਝਣੇ ਕਿ ਜੀ ਇੱਜ਼ਤ ਦੇ ਹੱਥ ਜਿੱਦਾਂ ਤੁਸੀਂ ਮਜ਼ਾ ਲੈਣ ਦੇ ਹੋ ਸਾਰੇ ਲੈ ਕੇ ਹੱਥ ਕਰ ਲੈਣ ਦੋ ਖਾਨ ਸਾਹਿਬ ਨੂੰ ਨਹੀਂ ਤੇ ਹੱਥ ਹੋ ਜਾਣਾ ਤੁਹਾਨੂੰ ਅਸੀਂ ਪੈਸੇ ਦਿੱਤੇ ਨਾ ਹਾਂਜੀ ਮਜ਼ਾ ਤੇ ਅਸੀਂ ਲੈਣਾ ਅਸੀਂ ਸਾਰੇ ਇੰਜ ਕਰਾਂਗੇ ਤੁਹਾਡਾ ਕੋਈ ਕਰਿੰਦਾ ਨੀ ਆਵੇਗਾ ਸਮਝੇ ਸਾਡੇ ਚ ਬਹੁਤ ਬੁਰਾ ਮੰਨਿਆ ਜਾਂਦਾ ਉਹ ਭਾਂ ਤੂੰ ਕਿੱਥੋਂ ਆ ਰਹੇ ਆ ਕਿਹੜੀ ਦੁਨੀਆ ਚ ਆ ਮੈਨੂੰ ਤੇ ਜ਼ਰਾ ਨਹੀਂ ਲਿਬਰਟੀ ਵਾਲੀ ਗੱਲ ਤੇਰੇ ਚ ਨਜ਼ਰ ਆਉਂਦੀ ਥਾਣਾ ਵੀ ਨਾਲ ਹੈ ਹਾਂਜੀ ਬਿਲਕੁਲ ਥਾਣਾ ਗੁਲਬਰਗ ਨਾਲ ਦੱਸਿਆ ਕਿ ਥਾਣੇ ਤੋਂ ਅਗਲੀ
ਹੱਥ ਬੰਨ ਕੇ ਕਦੀ ਕਿਸੇ ਨੇ ਫੰਕਸ਼ਨ ਵੇਖਿਆ ਨਹੀਂ ਜੀ ਹੋਣਾ ਪਹਿਲੇ ਗੱਲ ਤੋਂ ਨਾ ਸੌ ਮਾਰਨਾ ਦੁਰ ਕਿਲਾ ਕਰੋ ਕਿਲਾ ਇਹ ਨਹੀਂ ਹੋਣਾ ਮੈਨੂੰ ਤੁਸੀਂ ਸਮਝ ਰਹੇ ਹੋ ਕਿ ਜੀ ਮੇਰੇ ਵਾਲਾ ਸਾਹਿਬ DIG ਜਿਹੜੇ ਹੋਏ ਨੇ ਉਹ ਬੈਂਡ ਮਾਸਟਰ ਨੇ ਤੇ ਹੋਰ ਜਿੰਨਾ ਤੂੰ ਸੁਰ ਚ ਆਂਦੇ ਅਸੀਂ ਵੀ ਨਹੀਂ ਆਂਦੇ ਤੇ ਸਾਡੇ ਨਾਲ ਸੁਣਾ ਦੇ ਸੁਣਾ ਆਂਦੇ ਆਹ ਉਹਨੂੰ ਬੋਲੀ ਓਏ ਤੈਨੂੰ ਕਾਲਿਆਂ ਦਾ ਬੜਾ ਤੈਨੂੰ ਪਤਾ ਇਹ ਕਿੱਦਾਂ ਹੋਣਾ ਹੁਣ ਸੁਣੋ ਕੋਸ਼ਿਸ਼ ਕਰ ਲੈ ਬੜੇ ਭੁੱਖ ਲੱਗੀ ਬੜੇ ਹਫ਼ਤਿਆਂ ਤੋਂ ਕੰਮ ਨਹੀਂ ਆਇਆ ਮਰੇ ਹੱਥ ਹੀ ਨਹੀਂ ਹਲਾਤੇ ਉਹਨੇ ਜੇਬ ਹਲਾਤੀ ਤੇ ਤੂੰ ਹੱਥ ਨੀਰੇ ਨਹੀਂ ਹਲਾ ਜੀ ਹੱਥ ਫੜ ਕੇ ਪਿੱਛੇ ਜ਼ਰਾ ਤਿਆਰੀ ਤੇ ਕਰੋ ਬੰਦੇ ਦੇ ਹੱਥ ਨਹੀਂ ਵੀ ਤੇ ਹੁੰਦੇ ਹੱਥ ਫੜ ਉਸਤਾਨ ਦੇ ਵਾ ਮੈਨੂੰ ਬੇਟਾ ਮੈਂ ਪਹਿਲੇ ਹੀ ਫਾਂਸੀਆਂ ਦੇ ਦਵਾਤੀਆਂ ਚਲੋ ਸਾਹਿਬ ਜੀ ਕਰਕੇ ਕਹੋ ਮੈਂ ਹੁਣ ਤੁਹਾਡੇ ਸਾਹਮਣੇ ਆ ਗਿਆ ਹਿੰਮਤ ਰੱਖੋ ਹੌਸਲਾ ਰੱਖੋ ਕੁਛ ਨਹੀਂ ਕੋਸ਼ਿਸ਼ ਕਰਨਾ ਵਾ ਬਸ ਬੰਦਾ ਨਹੀਂ ਹੈਗਾ ਪਰ ਭਾਜੀ ਜੇ ਇਹੋ ਜੀ ਹਰਕਤ ਕਰਤੀ ਇਸ ਤੋਂ ਵੱਡੀ ਕਿਹੜੀ ਤੂੰ ਕਰਨੀ ਸੀ ਚਲੋ ਆਪਣੇ ਤੁਸੀਂ ਚਲੋ ਜੀ ਕੰਮ ਸਟਾਰਟ ਮਸ਼ੀਰ ਖਾਂ ਸ਼ੁਰੂ ਹੋ ਕੀ ਜੋ ਤੇਰਾ ਰੰਗ ਤਾਂ ਮੈਂ ਤੋਂ ਵਾਹ ਵਾਹ ਸਤਾ ਜੀ ਕੁਝ ਵੀ ਨਹੀਂ ਸਤਾ ਜੀ ਮਾਸ਼ਾਅੱਲਾ ਕੁਝ ਵੀ ਨਹੀਂ ਅੱਛਾ ਹੂੰ ਸਤਾ ਜੀ ਮਾਸ਼ਾਅੱਲਾ ਮੈਂ ਬੱਚਿਆਂ ਦੀ ਖਾਤਰ ਪੇਟ ਦੀ ਖਾਤਰ ਹਰਕਤ ਤੂੰ ਚੰਗੀ ਨਹੀਂ ਪੁੱਤਰ ਕੀਤੀ ਡਬਲ ਪੈਸੇ ਫਿਰ ਮੈਂ ਲੈ ਕੇ ਜਾਵਾਂਗਾ ਹਾਏ ਸਾਡੇ ਨੂੰ ਕੀ ਗੱਲ ਹਾਏ ਹਾਏ ਖਾਨ ਸਾਹਿਬ ਚਲੋ ਜੀ ਡਬਲ ਪੈਸੇ ਵੀ ਸੁਣਾਈ ਜਾਂਦਾ ਇੱਕ ਹੋਰ ਤੀਜਾ ਤੇਰਾ ਰੰਗ ਤਾਂ ਮੈਂ ਤੋ ਜੀਆ ਤੇਰੇ ਸੰਗ ਸੇ ਮੈਂ ਤੋ ਤੂੰ ਹੀ ਤਾਂ ਬੋਲਾ ਤੂੰ ਹੀ ਆ ਮੋਲਾ ਮੇਰੇ ਲੈ ਲੈ ਮੇਰੀ ਤੁਸੀਂ ਇਹੀ ਸਮਝੋ ਕਿ ਮਈਅਤ ਹੈ ਮੈਂ ਲੱਪਿਆ ਤੀ ਪਰ ਨਹੀਂ ਲੱਪਿਆ ਤੀ ਹੈ ਦੁਆ ਬਣ ਕੇ ਬਸ ਤਾਜੀ ਤੁਸੀਂ ਇਹੀ ਲੱਪਿਆਤੀ ਦੇ ਹਸਤੇ ਦਿੱਤੇ ਨੇ ਤੇ ਹੋਰ ਹੋਰ ਹੱਥ ਵਟਾਣੇ ਬਸ ਤਾਜੀ ਕਹਿੰਦਾ ਠਹਿਰ ਜਾਓ ਭਾਈ ਤੁਹਾਡੇ ਜਿਹੜੀ ਜਿਵੇਂ ਅੱਗੇ ਸੀਰੀਅਸ ਮਈਅਤ ਪਈ ਹੁੰਦੀ ਤੁਸੀਂ ਉਂਝ ਪੜਨਾ ਹੈ ਬਸ ਹਾਂਜੀ ਕਿਹਦੀ ਮਈਅਤ ਇਹਦੀ ਪਈ ਮਈਅਤ ਇਹ ਜ਼ੇਨ ਚ ਲਿਆ ਕੇ ਪੜਾ ਹੈ ਤੇਰੀ ਮਈਅਤ ਜ਼ੇਨ ਚ ਰੱਖ ਕੇ ਹੁਣ ਮੈਂ ਪੜਾ ਹਾਂ ਬਸ ਤੁਸੀਂ ਸੀਰੀਅਸ ਸਿਰ ਵੀ ਨਹੀਂ ਲੜ ਤੀਜਾ ਤੇਰਾ ਰੰਗ ਤਾਂ ਮੈਂ ਤੋ ਜੀਆ ਤੇਰੇ ਸੰਗ ਸੇ ਮੈਂ ਤੋ ਤੂੰ ਹੀ ਤਾਂ ਬੋਲਾ ਤੂੰ ਹੀ ਆ ਮੇਰੇ ਲੈ ਲੈ ਮੇਰੀ ਜਾਨ ਠੀਕ ਹੋ ਗਿਆ ਸਾਜੀ ਖੁਸ਼ ਹੋ ਜੀ ਸਾਜੀ ਵਾਹ ਜੀ ਵਾਹ ਜੀ ਸਾਡੇ ਸਾਹ ਲੈਣ ਦੇ ਸਾਜੀ ਕਿੰਨਾ ਖੁਸ਼ ਹੋਇਆ ਤੂੰ ਸਾਹ ਲੈਣ ਦੇ ਕੁਝ ਚੀਜ਼ਾਂ ਕੁਝ ਜਗ੍ਹਾ ਤੇ ਤੁਸੀਂ ਰਹਿ ਗਏ ਸੀ ਲੇਕਿਨ ਬਾਹਰ ਬਿਹਤਰ ਭਾਈ ਹੁਣ ਇੰਨਾ ਵੀ ਨਾ ਰਹੀ ਜਾਵਾਂ ਹੱਥ ਤੇ ਸਿਰ ਤੇ ਬਗੈਰ ਸਾਹਮੀ ਕਿਤੇ ਨੀ ਜ਼ਿੰਦਗੀ ਚ ਘੜੀ ਦੀ ਟਿਕ ਟਿਕ ਵੇਖੀ ਉਹ ਵੀ ਸਿਮ ਚ ਉਹ ਵੀ ਇੰਜ 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 ਚੱਲਦੀ ਏ
ਤੂੰ ਨਾ ਕੁਛ ਕਰੀ, ਤੂੰ ਨਾ ਕੁਛ ਸਿੱਖੀ, ਡਨ ਹੋ ਗਿਆ। ਹਾਏ ਹਾਏ, ਬਗੈਰ ਇਹ ਬੱਚਿਆਂ ਦੀ ਰਿਜ਼ਕ ਰੋਟੀ ਵਾਰੀ ਚੱਲਣਾ ਵਾ, ਵਰਨਾ ਸਾਰੀ ਜ਼ਿੰਦਗੀ ਨਾ ਇਹੋ ਜਿਹਾ ਫੰਕਸ਼ਨ ਪੜਦਾ। ਹਾਂ ਜੀ, ਬੁੱਕ ਤੇ ਕਰ ਲਿਆ ਜੇ ਤੁਹਾਡਾ ਆਖਰੀ ਸ਼ਬਦ ਤੋਂ ਹੈ, ਲਾਣਾ ਕੁਛ ਵੀ ਨਹੀਂ। ਮਰੋ ਕਿਵੇਂ ਪ੍ਰੈਕਟਿਸ ਕਰੋਗੇ, ਕਿਹੜਾ ਆਰਡਰ ਫੜ ਬੈਠੇ ਤੇ ਆਪਣਾ। ਅੱਛਾ ਸਾਹਿਬ ਜੀ, ਬੇਟਾ ਨੂੰ ਨਸ਼ਾ, ਤੈਨੂੰ ਹੀ ਬਈ ਭੁੱਖ ਲੱਗੀ ਸੀ। ਪਰਸੋਂ ਮੇਰੀ ਛੁੱਟੀ ਜੇ ਆਏ ਉਹ ਵੀ ਬੋਲ ਕੇ ਹੀ। ਸਾਹਿਬ ਜੀ, ਮੈਨੂੰ ਘਰੋਂ ਫੋਨ ਆਇਆ, ਜਿੱਦਣ ਦਾ ਫੰਕਸ਼ਨ ਫੜਿਆ ਨਾ ਹੱਥ, ਤੁਸੀਂ ਫੇਰ ਵੀ ਮੈਂ ਜ਼ੋਰ ਦੀ ਫੜੇ ਸੀ, ਤੁਸੀਂ ਫੇਰ ਵੀ ਹਿਲਾਣ ਦੇ ਸੋ, ਤੁਸੀਂ ਨਹੀਂ ਬਾਹਰ ਜਾਣਾ ਤੇ ਮੈਂ ਚੱਲਾ ਜੇ ਲਿਆਦਾ, ਮੈਨੂੰ ਤੇ ਘਰੋਂ ਫੋਨ ਆਇਆ। ਉਹ ਬਸ਼ੀਰ ਖਾਨ, ਤੂੰ ਤੇ ਮੈਂ ਪੇਟੀ ਤੇ ਦੋਵੇਂ ਭਰਾ ਫੰਕਸ਼ਨ ਕਰ ਰਹੇ ਨੇ। ਨਹੀਂ ਬਈ, ਤੂੰ ਜਲ ਜਾ ਤੇ ਘਰੋਂ ਯਾਸੀਨ ਸੁਣ ਕੇ ਜਾਈ। ਹਾਏ ਵਾਹ ਬਸ਼ੀਰ ਖਾਨ।